श्री गुरु अर्जन देव जी दे दरबार ते करवाए जा रहे सुखमनी साहब अते जपजी साहब दे जाप जी सिंघा प्रेस न्यूज संचालक जस्त नावाला गुरप्रीत के अते गोविंद सिंह मान सरहाली कलां वल्लों मिली जानकारी मुताबिक पत्रकार जसबीर सिंह दी रिपोर्ट उन्हां दस्या कि जिला तरन तारन पट्टी रोड नेड़े लौका पिंड जौड़ा विखे शहीदां दे सरताज पंजवें पातशाह धन धन श्री गुरु अर्जन देव जी दे दरबार ते हाजिर महापुरख बाबा जोगिंदर सिंह जी दी देख रेख हेठ करवाए जा सुखमनी साहब अते जपजी साहब दे जाप हर बुधवार अते हर ऐतवार नूं। उहनां दस्सिया कि इलाका निवासी नगर निवासी संगतां नूं बेनती है अपने बच्चिया समेत हो रहे जापां विच हाजरी भर के गुरु घर दीआं खुशियां प्राप्त करो अते अपने बच्चिआं नूं गुरमत वल जोड़ करके अपना अते बच्चिआं दा जीवन सफला करो। दस रहे हन महापुरख बाबा जोगिंदर सिंह जी अते उहनां नाल बैठे उहनां दे संगी जन। पत्रकार जसबीर सिंह दी रिपोर्ट वेखो वीडियो अते तस्वीरां च। चैनल सहयोगी सज्जन सरदार सरवण सिंह फौजी समाज सेवी चोहला साहिब, सरबजीत सिंह साबी खुशी जनरल स्टोर चोहला साहिब, गोविंद सिंह मान सरहाली कलां, सरदार कारण सिंह ब्रह्मपुरा, सरदार केवल सिंह फौजी किरतवाल। महापुरख बाबा जोगिंदर सिंह जी, मैं पत्रकार जसबीर सिंह। आपां किस दरबार से बैठे हैं महापुरखो? पिंड जौड़ा। ਇੱਥੇ ਮੈਨੂੰ ਪਤਾ ਲੱਗਾ ਕਿ ਜਾਪ ਚੱਲਦੇ ਨੇ ਸੁਖਮਨੀ ਸਾਹਿਬ ਦੇ ਦਰਬਾਰ ਤੇ। ਹਾਂਜੀ, ਇਹ ਕਿਹੜੇ ਵਾਰ ਚੱਲਦੇ ਨੇ ਜਾਪ ਸੁਖਮਨੀ ਸਾਹਿਬ ਦੇ? ਐਤਵਾਰ ਤੇ ਬੁੱਧਵਾਰ, ਦੋ ਟਾਈਮ ਸੰਗਤਾਂ ਵੱਲੋਂ ਜਾਪ ਸ਼ੁਰੂ ਹੁੰਦੇ ਜੀ ਸੁਖਮਨੀ ਸਾਹਿਬ ਦੇ। ਹਾਂਜੀ, ਨਗਰ ਨਿਵਾਸੀ ਸੰਗਤਾਂ, ਇਲਾਕੇ ਦੀਆਂ ਸੰਗਤਾਂ, ਇਲਾਕੇ ਦੀਆਂ ਕਰਦੀਆਂ ਇਹ ਜਾਪ ਸੁਖਮਨੀ ਸਾਹਿਬ ਦੇ ਅਤੇ ਹੋਰ ਵੀ ਨਾਲ ਕੋਈ ਜਾਪ ਕਰਾਉਂਦੇ? ਹਾਂਜੀ, ਸੁਖਮਨੀ ਸਾਹਿਬ ਦੇ ਜਾਪ ਨਾਲ ਜਪਜੀ ਸਾਹਿਬ ਦੇ ਕਰਾਉਂਦੇ? ਜਪਜੀ ਸਾਹਿਬ ਦਾ ਵੀ ਕਰ। ਜਪਜੀ ਸਾਹਿਬ ਦੇ ਜਾਪ ਹੁੰਦੇ ਆ ਸੰਗਤਾਂ ਨੂੰ। ਇਸ ਸੁਖਮਨੀ ਸਾਹਿਬ ਦੇ ਜਪਜੀ ਸਾਹਿਬ ਦੇ ਜਾਪ ਬਾਰੇ ਕੁਝ ਦੱਸਣਾ ਚਾਹੋਗੇ? ਵੀ ਹਮੇਸ਼ਾ ਹੀ ਬੁੱਧਵਾਰ ਐਤਵਾਰ ਹੁੰਦੇ ਰਹਿੰਦੇ ਨੇ ਆਪ ਜੀ ਸੰਗਤਾਂ ਇੱਥੇ ਦਰਬਾਰ 'ਤੇ ਪਹੁੰਚਣ? ਹਾਂਜੀ। ਅੱਛਾ ਜੀ, ਆਪ ਚਾਹੁੰਦੇ ਹੋ ਇਲਾਕੇ ਦੀਆਂ ਸੰਗਤਾਂ, ਪਿੰਡ ਜੌੜੇ ਦੀਆਂ ਸੰਗਤਾਂ ਅਤੇ ਆਲੇ ਦੁਆਲੇ ਜੋ ਨਗਰ ਹਨ ਉਹਨਾਂ ਦੀਆਂ ਸੰਗਤਾਂ ਇਸ ਗੁਰੂ ਅਰਜਨ ਦੇ ਦਰਬਾਰ 'ਤੇ ਪਿੰਡ ਜੌੜੇ ਵਿਖੇ ਪਹੁੰਚ ਕੇ ਸੰਥਿਆ ਰੂਪ ਵਿੱਚ ਸੁਖਮਨੀ ਸਾਹਿਬ ਦਾ ਪਾਠ ਅਤੇ ਜਪਜੀ ਸਾਹਿਬ ਦਾ ਪਾਠ ਕਰਨ ਵੀ ਅਤੇ ਸਿੱਖਣ ਵੀ ਅਤੇ ਸਿਖਾਉਣ ਵੀ ਆਣ ਕੇ ਸੰਗਤਾਂ ਨੂੰ? ਆਪ ਜੀ ਇਹੀ ਚਾਹੁੰਦੇ ਹੋ ਬਾਬਾ ਜੀ? ਹਾਂਜੀ। ਅੱਛਾ ਬਾਬਾ ਜੋਗਿੰਦਰ ਸਿੰਘ ਜੀ, ਮੈਂ ਪੱਤਰਕਾਰ ਜਸਵੀਰ ਸਿੰਘ ਚੱਲਦਾ ਹਾਂ, ਸਮਾਂ ਮਿਲਿਆ ਫਿਰ ਆਪ ਜੀ ਦਰਸ਼ਨ ਲਈ ਆਉਂਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਗਰ ਖੜੇ ਤਿੰਨੇ ਹਰ ਕਦੇ ਪੰਡਾਲੇ ਮਰੇ। ਜੀ ਸਿੰਘਾ ਟੀਮ ਅਤੇ ਜਸਤ ਨਵਾਲਾ ਵੱਲੋਂ ਆਵਾਜਾਈ ਲੋਕਾਂ ਲਈ ਖਾਸ ਮੈਸੇਜ। ਟ੍ਰੈਫਿਕ ਨਿਯਮਾਂ ਨੂੰ ਅਪਣਾਓ, ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ, ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ 'ਤੇ ਆਵਾਜਾਈ ਲੋਕ ਸਾਡੇ ਆਪਣੇ ਹਨ। ਕਰ ਭਲਾ ਸੋ ਹੋ ਭਲਾ, ਅੰਤ ਭਲੇ ਦਾ ਭਲਾ। ਪਿਆਰੇ ਦਰਸ਼ਕੋ, ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ, ਇਸ ਨੂੰ ਲਾਈਕ ਕਮੈਂਟ ਸ਼ੇਅਰ ਕਰੋ। ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ HD ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ਹੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 97793191462 98 7265 3913।